ਤਿਆਰ ਕਰਕੇ ਕੋਲ ਮੰਗਵਾ ਲਿਆ, ਜਿਨ੍ਹਾਂ ਨੂੰ ਪੰਜ ਪਿਆਰੇ ਸਿੰਘ ਆਪਾਂ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਦੀ ਤਾਬਿਆ ਬਿਠਾ ਲਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਪੰਜ ਪੈਸੇ ਨਾਰੀਅਲ ਸਮੱਗਰੀ ਗੁਰਗੱਦੀ ਦੀ ਮੰਗਵਾ ਲਈ। ਸਾਰੀ ਸੰਗਤ ਵਿੱਚ ਗੁਰੂ ਜੀ ਨੂੰ ਦੇਖ ਕੇ ਸੰਗਤ ਨੂੰ ਕੋਈ ਪਤਾ ਨਹੀਂ ਵੀ ਇਹ ਕੀ ਗੌਤ ਕਰ ਰਹੇ ਹੈ, ਕੀ ਕਰ ਰਹੇ ਨੇ। ਸੰਗਤ ਵਿੱਚ ਮੌਤ ਵਰਗੀ ਚੁੱਪ ਦਾ ਸਨਾਟਾ ਛਾਇਆ ਹੋਇਆ, ਤੇ ਗੁਰੂ ਜੀ ਨੇ ਦੂਸਰੇ ਤੰਬੂ ਵਿੱਚ ਚਾਰ ਚੁਫੇਰੇ ਤੰਬੂ ਬੰਦ ਕੀਤਾ ਹੈ। ਅੰਦਰ ਇੱਕ ਚਿਖਾ ਚੰਦਨ ਦੀ ਚਿਣਵਾਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਪੰਜ ਪੈਸੇ ਨਾਰੀਅਲ ਸਮੱਗਰੀ ਗੁਰਗੱਦੀ ਦੀ ਲਿਆਂਦੀ, ਤੇ ਆਪਾਂ ਨੂੰ ਸਿੱਖਾਂ ਸੰਗਤਾਂ ਨੂੰ ਆਹ ਬਚਨ ਕਰਨ ਲੱਗੇ। ਕਹਿੰਦੇ ਸੰਗਤ ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਗਲ ਦੀ, ਸੰਗਤ ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਗਲ ਦੀ, ਸੰਗਤ ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਕਾਲ ਦੀ, ਸੰਗਤ ਸ਼ਬਦ ਗੁਰੂ ਹੈ ਆਪਣਾ ਆਗਿਆ ਕਾਲ ਦੀ। ਕਲਗੀਆਂ ਵਾਲੇ ਨੇ ਫੁਰਮਾਇਆ, ਬਾਜਾਂ ਵਾਲੇ ਨੇ ਫੁਰਮਾਇਆ, ਕਲਗੀਆਂ ਵਾਲੇ ਨੇ ਫੁਰਮਾਇਆ, ਬਾਜਾਂ ਵਾਲੇ ਨੇ ਫੁਰਮਾਇਆ, ਵੇਲਾ ਜਦੋਂ ਅੰਤ ਦਾ ਆਇਆ, 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 ਨੂੰ ਕੋਲ ਬੁਲਾ ਲਿਆ ਹੁਣ ਨੀ ਲੋੜ ਸੰਭਾਲ ਦੀ, ਸਿੰਘਾਂ ਨੂੰ ਕੋਲ ਬੁਲਾ ਲਿਆ। ਸਤਿਗੁਰੂ ਕਹਿੰਦੇ ਭਈ ਹੁਣ ਮੇਰੇ ਸਰੀਰ ਦੀ ਤੁਸੀਂ ਸੰਭਾਲ ਨਾ ਕਰੋ। ਸਿੰਘਾਂ ਨੂੰ ਕੋਲ ਬੁਲਾ ਲਿਆ ਹੁਣ ਨੀ ਲੋੜ ਸੰਭਾਲ ਦੀ, ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਕਾਲ ਦੀ, ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਕਾਲ ਦੀ, ਸੰਗਤੇ ਸ਼ਬਦ ਗੁਰੂ ਹੈ ਆਪਣਾ ਆਗਿਆ ਕੋਈ ਅਕਾਲ ਦੀ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੁਕਮਨਾਮਾ ਲੈ ਕੇ ਉਹ ਗੁਰੂ ਜੀ ਸਮਝਾਉਣਗੇ ਵੀ ਕਿਵੇਂ ਕਿਵੇਂ ਕਰਨਾ। ਕਹਿੰਦੇ ਹੁਣ ਇੱਕ ਚਿਖਾ ਬਣਾਓ, 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 ਤੰਬੂ ਚਾਰੇ ਪਾਸੇ ਲਾਓ, ਤੰਬੂ ਚਾਰੇ ਪਾਸੇ ਲਾਓ, ਤੰਬੂ ਚਾਰੇ ਪਾਸੇ ਲਾਓ, ਤੰਬੂ ਚਾਰੇ ਪਾਸੇ ਲਾਓ, ਪਰ ਨਾ ਉਧਰ ਕੋਈ ਜਾਇਓ ਗੱਲ ਨਾ ਕਰਿਓ ਸਵਾਲ ਦੀ। ਚਾਰ ਚੁਫੇਰੇ ਇੱਕ ਤੰਬੂ ਲਾਓ, ਬਸ ਜਿਵੇਂ ਜਿਵੇਂ ਮੈਂ ਕਹਿੰਦਾ ਉਵੇਂ ਕਰੋ, ਕੋਈ ਮੈਨੂੰ ਸਵਾਲ ਨਾ ਕਰਿਓ ਵੀ ਗੁਰੂ ਜੀ ਇਹ ਕੀ ਕਰਦੇ। ਪਰ ਨਾ ਉਧਰ ਕੋਈ ਜਾਇਓ ਗੱਲ ਨਾ।